तो भाई जैसे कि आप लोगों को पता है कि सर्दियों में सबका कीड़ा जागता है आज आपके भाई का भी कीड़ा जागा और आपके भाई ने निकाला वन टू फाइव वन टू फाइव को लगाई चाबी और मारी किक हाँ जी किक मारी तो यार धोडा भ्रा निकल गया है कोले च लेकिन कोले कोले जी कोई चक्कर ही नहीं गा कोई कोयले नहीं लाभ देख समान बैरिया च पता नहीं कौन लोग बैरिया च यार ਕੋਈ ਚੀਜ਼ ਲੱਭਨ ਚਲੇ ਜੋ ਕੋਈ ਸਮਾਨ ਨਹੀਂ ਲੱਭਦਾ ਲੇਕਿਨ ਤੇ ਠੰਡ ਨਹੀਂ ਪੈ ਰਹੀ ਸੀ ਉਸਤਾਦ ਜੀ ਚੈੱਕ ਕਰੋ ਠੰਡ ਮੋਲ ਬਣਿਆ ਕੋਈ ਬੰਦਾ ਨਾ ਬੰਦੇ ਦੀ ਜ਼ਾਤ ਕੋਈ ਚਿੜੀ ਵੀ ਨਹੀਂ ਚਿੜੀ ਮਤਲਬ ਬੱਚੀ ਕੋਈ ਬੱਚੀ ਸੱਚੀ ਨਹੀਂ ਕੋਈ ਨਿਜ਼ਾਮ ਨਹੀਂ ਉਸਤਾਦ ਜੀ ਐ ਚੈੱਕ ਕਰੋ ਤੁਹਾਡਾ ਭਰਾ 100 ਦੀ ਸਪੀਡ ਤੇ ਇਨਸਾਨ ਦੇ ਹੁੰਦਾ ਜਾ ਰਿਹਾ ਤੇ ਕੋਈ ਦੋ ਤਿੰਨ ਬੱਚੀਆਂ ਲੰਘਦੀਆਂ ਉਹ ਵੀ ਠੰਡੀਆਂ ਜੀਆਂ ਕੋਈ ਮਜ਼ਾ-ਮਜ਼ਾ ਕੋਈ ਕੋਈ ਮਜ਼ਾ ਨਹੀਂ ਆਉਂਦਾ ਉਸਤਾਦ ਜੀ ਬਹਿਰੀਆ ਚ ਰਹਿਣ ਰੋਂਦਾ ਐਵੇਂ ਹੀ ਛਸ਼ਕਾ ਹੀ ਗਏ ਨੇ ਬਸ ਬਹਿਰੀਆ ਚ ਰੰਦਾ ਬੰਦਾ ਤੇ ਐ ਤੁਹਾਡਾ ਭਰਾ ਨਿਕਲ ਗਿਆ ਜੀ ਇਹ ਗੇਟ ਤੇ ਗੇਟ ਤੇ ਪਹੁੰਚਦੇ ਹੀ ਇਹ ਚਿਕਨ ਦੀ ਦੁਕਾਨ ਤੇ ਪਹੁੰਚ ਗਿਆ ਤੇ ਤੁਹਾਡੇ ਭਰਾ ਨੇ ਕੋਈ ਚਿਕਨ ਲਵਾਇਆ ਹੰਦੇ ਕੋਲ ਉਹ ਭਾਈ ਜਾਨ ਬੋਡੀਆਂ ਜਰਾ ਨਿੱਕੀਆਂ ਜਿਹੀਆਂ ਪਾ ਦੇ ਤਾਂ ਕਿ گوشਤ ਵੱਧ ਲੱਗੇ ਹਾਂਜੀ ਬਾਰਬੀਕਿਊ ਕਰਨਾ ਹੈ ਤੇ گوشਤ ਵੱਧ ਲੱਗਣਾ ਚਾਹੀਦਾ ਢਿੱਡ ਬਣਨਾ ਚਾਹੀਦਾ ਹਾਂਜੀ ਤੇ ਆ ਉਸਤਾਦ ਜੀ ਮੁਰਗੀ ਤੁਹਾਡਾ ਭਰਾ ਛਿਲਦੇ ਮਤਲਬ ਤੁਹਾਡਾ ਭਰਾ ਨਹੀਂ ਛਿਲਦੇ ਉਹ ਬੰਦਾ ਛਿਲਦੇ तो ये मैंने कोयले ले लिए यार अब कोयले लेते लेते मुझे पड़ गई रात ये देखें शाम हो गई थी और ये आपका भाई जब कोयले वगैरह सारा सामान लेके घर पहुंचा तो रात हो गई थी और ये देखो आपके भाई ने क्या यमपम बारबेक्यू तैयार किया है देखें मज़ा तो थोड़े मुँह से भी आ रहा है आई मीन पानी हाँ जी